ਤਲਵੰਡੀ ਸਾਬੋ ਪਾਵਰ ਲਿਮਿਟਡ ਬਣਾਵਾਲੀ ਨਾਲ ਲੱਗਦੇ ਰਾਏਪੁਰ ਦੇ ਪਿੰਡ ਵਾਸੀਆਂ ਵੱਲੋਂ ਆਪਣੇ ਹੀ ਪਿੰਡ ਵਿੱਚ ਨਗਰ ਵਾਸੀਆਂ ਦਾ ਇਕੱਠ ਕੀਤਾ ਗਿਆ। ਇਸ ਉਪਰੰਤ 2007 ਵਿੱਚ ਬਣੇ ਥਰਮਲ ਪਲਾਂਟ ਤੋਂ ਨੇੜਲੇ ਪਿੰਡਾਂ 'ਤੇ ਡਿੱਗ ਰਹੀ ਜ਼ਹਿਰੀਲੀ ਰਾਖ ਤੋਂ ਆ ਰਹੀਆਂ ਸਮੱਸਿਆ ਬਾਰੇ ਅਤੇ ਆ ਰਹੀ ਬਦਬੂਦਾਰ ਹਵਾ ਬਾਰੇ ਮੀਡੀਆ ਕਰਮੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਉਪਰੰਤ ਪਿੰਡ ਵਾਸੀ ਰਾਜੂ ਸਿੱਧੂ, ਇਕਬਾਲ ਸਿੱਧੂ, ਮਨਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਰਾਖ ਨਾਲ ਰਾਏਪੁਰ ਵਾਸੀਆਂ ਨੂੰ ਫੇਫੜੇ ਦੀਆਂ ਬਿਮਾਰੀਆਂ, ਸਾਹ ਦੀਆਂ ਬਿਮਾਰੀਆਂ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ। ਉਹਨਾਂ ਦੱਸਿਆ ਕਿ ਸਰਕਾਰ ਨੇ ਥਰਮਲ ਬਣਾਉਣ ਲਈ ਵੇਦਾਂਤਾ ਕੰਪਨੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਕਿਸੇ ਵੀ ਪਿੰਡ 'ਤੇ ਕਿਸੇ ਕਿਸਮ ਦੀ ਰਾਖ ਖਾਦ ਨਹੀਂ ਡਿੱਗੇਗੀ ਅਤੇ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇਗਾ, ਪਰੰਤੂ ਅਜਿਹਾ ਨਹੀਂ ਹੋਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਥਰਮਲ ਦਾ ਗੇਟ ਰੋਕਣਗੇ। ਸਾਡੀਆਂ ਸਮੱਸਿਆਵਾਂ ਸਭ ਤੋਂ ਵੱਡੀਆਂ ਤਾਂ ਇਹ ਹੈ ਜੀ, ਇੱਕ ਤਾਂ ਸਾਡੇ ਇੱਥੇ ਪ੍ਰੋਬਲਮ ਹੈ ਪ੍ਰਦੂਸ਼ਣ ਦੀ, ਸਭ ਤੋਂ ਵੱਡੀ ਪ੍ਰਦੂਸ਼ਣ ਦੀ ਪ੍ਰੋਬਲਮ ਹੈ। ਸਾਰਾ ਦਿਨ ਮਤਲਬ ਇੱਥੇ ਰਾਖ ਡਿੱਗਦੀ ਹੈਗੀ, ਰਾਖ ਡਿੱਗਦੀ ਹੈ, ਉਦੋਂ ਬਾਅਦ ਕੋਲਾ ਹੈਗਾ ਜਿਹੜਾ ਕੋਲੇ ਦੀ ਉਹ ਸਮੈਲ ਇੱਡੀ ਗੰਦੀ ਸਮੈਲ ਆਉਂਦੀ ਹੈਗੀ ਕਿ ਕਿਸੇ ਨੂੰ ਸਾਹ ਲੈਣਾ ਵੀ ਮੁਸ਼ਕਲ ਹੈਗਾ ਇਹਦੀ ਸਮੈਲ ਦੇ ਨਾਲ। ਮਤਲਬ ਇੱਥੇ ਮਰੀਜ਼ ਨੇਗੇ, ਕੋਈ ਦਮੇ ਦਾ ਮਰੀਜ਼ ਹੋ ਗਿਆ, ਕੋਈ ਹੈਪੇਟਾਈਟਿਸ ਸੀ ਦੇ ਮਰੀਜ਼ ਹੋ ਗਏ, ਕੈਂਸਰ ਤੱਕ ਦੇ ਮਰੀਜ਼ ਹੋ ਗਏ। ਸਵੇਰੇ ਜਦੋਂ ਕੋਈ ਬੰਦਾ ਇੱਥੇ ਸੈਰ 'ਤੇ ਜਾਂਦਾ, ਕੋਈ ਸੈਰ ਜਾਣ 'ਤੇ ਤਿਆਰ ਨਹੀਂ ਹੈਗਾ, ਜਦੋਂ ਘਰੋਂ ਬਾਹਰ ਨਿਕਲਦੇ ਹੈਗੇ ਤਾਂ ਉਹਨੂੰ ਮੂੰਹ ਲਵੇਟ ਕੇ ਮਤਲਬ ਉਹਦਾ ਮੂੰਹ ਬੰਦ ਕਰਕੇ ਖਾਣਾ ਪੈਂਦਾ ਹੈਗਾ ਜੀ। ਖਾਣਾ ਨਹੀਂ ਕੋਈ ਬੰਦਾ ਬਾਹਰ ਖਾ ਸਕਦਾ, ਚਾਹ ਪਾਣੀ ਨਹੀਂ ਬਾਹਰ ਬੰਦਾ ਬੈਠ ਕੇ ਪੀ ਸਕਦਾ। ਸ਼ਹਿਰਾਂ ਦੇ ਵਿੱਚ ਤਾਂ ਲੋਕ ਏਸੀ ਲਾ ਕੇ ਅੰਦਰ ਪੈ ਜਾਂਦੇ ਆ, ਇੱਥੇ ਤਾਂ ਆਮ ਪਿੰਡਾਂ ਦੇ ਜ਼ਿਮੀਂਦਾਰ ਹੈ, ਰਾਤ ਨੂੰ ਗਰਮੀ ਤੋਂ ਲਵੇ ਛੱਤਾਂ 'ਤੇ ਪੈਂਦੇ ਆ, ਕੋਠਿਆਂ 'ਤੇ ਉਹ ਪੈ ਨਹੀਂ ਸਕਦੇ ਇੱਕ ਮਿੰਟ ਵੀ, ਕਿਉਂਕਿ ਜਦੋਂ ਪੈਂਦੇ ਆ ਤਾਂ ਮਤਲਬ ਸਮੈਲ ਦਾ ਹੀ ਐਡਾ ਬੁਰਾ ਹਾਲ ਹੈ ਵੀ ਜਿੰਨਾ ਵੀ ਕਹਦੋ ਬਹੁਤ ਜ਼ਿਆਦਾ ਬੁਰਾ ਹਾਲ ਹੈ। ਜ਼ਿਆਦਾ ਕਰਦੇ ਜੀ ਸਾਡੇ ਖੇਤ ਉਹਦੇ ਨਾਲ ਲੱਗਦੇ, ਉੱਥੇ ਤੁਸੀਂ ਗੱਪ ਮੰਨੋਗੇ ਸਾਡੇ ਪਾਲੀ ਨੂੰ ਦਵਾਈ ਲੈ ਕੇ ਜਾਣਾ ਪੈਂਦਾ, ਨਹੀਂ ਉੱਥੇ ਰਹਿ ਨਹੀਂ ਸਕਦਾ। ਅੱਛਾ, ਗੱਪ ਵਾਲੀ ਗੱਲ ਲੱਗਦੀ, ਤੁਸੀਂ ਜਾ ਕੇ ਦੇਖ ਸਕਦੇ, ਝਾੜਦਾ ਬਹੁਤ ਜ਼ਿਆਦਾ ਪੈਂਦਾ ਜੀ, 40 ਮਣ ਦੀ ਹੋਈ ਹੈ ਪਿਛਲੇ ਸਾਲ। ਪਾਣੀ ਦੀ ਬਹੁਤ ਜ਼ਿਆਦਾ ਘਾਟ ਹੋਈ ਹੈ ਥਰਮਲ ਆਉਣ ਨਾਲ, ਜਿਹੜਾ ਚੰਗਾ ਪੀਣ ਵਾਲਾ ਪਾਣੀ ਸੀ ਥਰਮਲ ਨੂੰ ਦੇ ਦਿੱਤਾ, ਹਾਲਾਂਕਿ ਦੇ ਨਹੀਂ ਸਕਦੇ ਅਤੇ ਉਹਦੇ ਕਾਰਨ ਪ੍ਰੋਬਲਮ ਤਾਂ ਹੈਗੀ ਆ, ਧਰਤੀ ਵਾਲਾ ਪਾਣੀ ਥੱਲੇ ਸਾਰੇ ਮਾੜਾ ਹੋ ਗਿਆ।